ਮਰ ਗਿਆ ਲੋਹੇ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਕੀ ਘਟਨਾਵਾਂ ਪਈ ਸਾਡੀ? ਕੱਛਾ ਸਾਹਿਬ ਜੀ, ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ। ਹਾਂਜੀ, 4 ਜਣੇ ਸੀਗੇ ਜਿਹੜੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ। ਆਣ ਕੇ ਰੋਜ਼ਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਧਾ ਆ, ਆਪਣੇ ਡਿਨਰ ਕੀਤਾ ਆ ਕਰਕੇ, ਅਤੇ ਕੋਈ ਕਰੀਬ 11 ਕੁ ਵਜੇ ਦੇ ਨਾਲ ਮਤਲਬ ਸੁੱਤੇ ਨੇ। 11 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਔਨਲਾਈਨ ਸੀਗਾ, ਹੈ ਜੀ, ਅਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12 ਕੁ ਵਜੇ ਦੇ ਨਾਲ ਆਪਾਂ ਸੁੱਤੇ ਹਾਂ। ਉਹ ਤੋਂ ਬਾਅਦ ਸੌਂ ਗਏ ਨੇ 4 ਵਜੇ ਦੇ ਕਰੀਬ। ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਆ ਉਹ ਬਾਥਰੂਮ ਵਾਸਤੇ ਉੱਠਿਆ ਆ। ਜਦੋਂ ਉੱਠਿਆ ਤਾਂ ਉਦੋਂ ਉਹਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੇ ਪਾਲ, ਇਹਦੀ ਬਾਂਹ ਜਿਹੜੀ ਆ ਇਸ ਤਰ੍ਹਾਂ ਥੱਲੇ ਲਮਕੀ ਆ, ਅਤੇ ਉਹਨੇ ਉਹਨੂੰ ਬਾਂਹ ਚੁੱਕ ਕੇ ਅਤੇ ਜਦੋਂ ਬਾਂਹ ਉੱਤੇ ਰੱਖੀ ਆ, ਉਹਨੂੰ ਸ਼ੱਕ ਪਿਆ ਕਿ ਬਾਂਹ ਦੀ ਹਰਕਤ ਨਹੀਂ ਕੋਈ ਵੀ ਹੈਗੀ। ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਆ, ਹਿਲਾ ਕੇ ਇਹਨੂੰ ਆਵਾਜ਼ਾਂ ਮਾਰੀਆਂ ਨੇ, ਅੱਗੋਂ ਨਾ ਕੋਈ ਆਵਾਜ਼ ਆਈ ਹੈ ਅਤੇ ਨਾ ਇਹਨੇ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ। ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੇ ਪਾਲ ਆਵਾਜ਼ ਨਹੀਂ ਦੇ ਰਿਹਾ, ਪਤਾ ਨਹੀਂ ਕੀ ਗੱਲ ਆ। ਉਹ ਤੋਂ ਬਾਅਦ ਉਹਨਾਂ ਨੇ ਫਿਰ ਪੁਲਿਸ ਨੂੰ ਜਿਹੜੀ ਆ ਉਹ ਰਿਪੋਰਟ ਕੀਤੀ ਆ, ਅਤੇ ਕੋਈ 12 ਕੁ ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ 'ਤੇ ਪਹੁੰਚ ਗਈ ਆ। ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸਹਾਇਤਾ ਹੁੰਦੀ ਆ, ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ। ਲੇਕਿਨ ਉਹ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇ ਦਿੱਤਾ ਕਿ ਨਹੀਂ, ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ। ਕਿਹੜੇ ਸ਼ਹਿਰ 'ਚ ਸੀਗਾ ਇਹ ਬੇਟਾ? ਪੋਰਟਲੈਂਡ ਸ਼ਹਿਰ ਆ, ਓਰੇਗਨ ਡਿਸਟ੍ਰਿਕਟ ਆ ਅਮੈਰੀਕਾ ਦਾ, ਜਿੱਥੇ ਸੀਗਾ। ਕੋਈ ਕਰੀਬ ਇਹਨੂੰ 8 ਕੁ ਸਾਲ 8ਵਾਂ ਸਾਲ ਜਾਣ ਦਿਆ ਗਿਆ ਸੀ। ਹੁਣ ਇਹ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਵੀ ਮਿਲ ਚੁੱਕੀ ਸੀ, ਵੈਲ ਸੈਟਲ ਸੀਗਾ, ਕਾਰੋਬਾਰ ਬਹੁਤ ਵਧੀਆ ਸੀ। ਹਾਂਜੀ, ਬੱਚਾ ਬਹੁਤ ਹੀ ਹੋਣਹਾਰ ਬੱਚਾ ਸੀ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਸੀ। ਸ਼ਾਦੀ ਹੋਈ? ਸ਼ਾਦੀ ਇਹਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ, ਇਹਦੇ ਵਿੱਚ ਮੰਗਣੀ ਕੀਤੀ ਸੀ ਐਰਕਾਂ ਦੀ, ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸ਼ਗਨ ਸੀਗਾ ਅਤੇ 6 ਤਰੀਕ ਨੂੰ ਬਰਾਤ ਸੀ। ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ, ਪਰ ਰੱਬ ਨੂੰ ਕੁਛ ਕੀ ਮਨਜ਼ੂਰ ਸੀ, ਉਹਦਾ ਕੋਈ ਭਾਣਾ ਮੰਨਣਾ ਪੈਣਾ। ਹਾਂਜੀ 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 ਮਤਲਬ ਡੈੱਡ ਬਾਡੀ ਵਾਸਤੇ, ਕਿਉਂਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ। ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜ੍ਹਾ ਟਾਈਮ ਲੱਗੂਗਾ, ਕੋਈ 1 ਮਹੀਨਾ ਵੀ ਲੱਗ ਸਕਦਾ, ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਨ 'ਤੇ ਉਹਨਾਂ ਨੇ ਆਖਿਆ ਕਿ 1 ਹਫ਼ਤੇ ਤੱਕ, ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ, ਸ਼ੁੱਕਰਵਾਰ ਦੇ ਦੇਵਾਂਗੇ ਡੈੱਡ ਬਾਡੀ, ਹੋ ਸਕਦਾ ਐਤਵਾਰ ਸਾਡੇ ਕੋਲ ਉਹ ਪਹੁੰਚ ਜਾਵੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ, ਕਿਸ ਤਰ੍ਹਾਂ ਸੁਨੇਹਾ ਮਿਲਿਆ ਕਿ ਇਸ ਤਰ੍ਹਾਂ ਹੋ ਗਿਆ? ਸੁਨਾ, ਮੈਂ ਤਾਂ ਡਿਊਟੀ ਤੋਂ ਜਦੋਂ ਘਰ ਆਇਆ ਅਤੇ ਬੇਟੀ ਦਾ ਫੋਨ ਆਇਆ, ਮੇਰੀ ਬੇਟੀ ਵੀ ਕਨੇਡਾ ਰਹਿੰਦੀ ਆ, ਅਤੇ ਗੱਲ ਨਹੀਂ ਸੀ ਹੁਣ। ਫਿਰ ਮੈਂ ਉਹਨੂੰ ਵਾਰ ਵਾਰ ਪੁੱਛਿਆ ਕਿ ਮਤਲਬ ਕੀ ਗੱਲ ਆ, ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ? ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸਾਡਾ ਮੇਰਾ ਵੀਰ ਅਜੇ ਪਾ ਲਿਆ ਉਹ ਨਹੀਂ ਠੀਕ, ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗ ਗਈ ਆ ਮੇਰੇ ਕੋਲ ਥੋੜ੍ਹਾ ਜਿਹਾ ਪਹਿਲਾਂ। ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ। ਫਿਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ, ਉਹ ਉੱਧਰੋਂ ਰੋਂਦੇ ਆਉਂਦੇ ਆ। ਮੈਂ ਉੱਠ ਕੇ ਵਾਰ ਵਾਰ ਉਹਨਾਂ ਨੂੰ ਪੁੱਛਦਾ ਕਿ ਕੀ ਹੋਇਆ ਕੀ ਹੋਇਆ,
ਕੀ ਲੱਗਦਾ ਸੀ ਅਜੇ ਪਾਲਣ ਨੂੰ? ਅਜੇ ਸਾਲ ਮੇਰਾ ਮਤਲਬ ਸਾਡੇ ਦਾ ਲੜਕਾ ਭਤੀਜਾ ਹੀ ਹੋਇਆ ਆਪਣਾ, ਅਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਦੋਵੇਂ ਇਕੱਠੇ ਗਏ ਸੀ USA, ਇਕੱਠੇ ਗਏ ਸੀ। ਬੜਾ ਵਧੀਆ ਇਹਨਾਂ ਦਾ ਉੱਥੇ ਆਪਸ ਮੇਂ ਕਾਰੋਬਾਰ ਚੱਲ ਰਿਹਾ ਸੀ, ਠੀਕ ਸੀ, ਬਹੁਤ ਵਧੀਆ। ਆਹ ਬੀਤੀ 26-27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ 4 ਜਣੇ ਬੈਠੇ, ਰੋਟੀ ਪਾਣੀ ਖਾਧਾ ਇਹਨਾਂ ਆਪਸ ਮੇਂ। ਰੋਟੀ ਪਾਣੀ ਖਾਣ ਤੋਂ ਬਾਅਦ ਟੈਲੀਫੋਨ 'ਤੇ ਗੱਲ ਕਰਦਾ ਕਰਦਾ ਸੋਫੇ 'ਤੇ ਲੰਮੇ ਪੈਣ ਲੱਗਾ। ਅਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਆਉਣ ਡਈ ਆ, ਸਵੇਰੇ ਫਿਰ ਆਪਣਾ ਉੱਠਣਾ ਅਤੇ ਚਲੋ ਸੋਨੇ ਆਪਾਂ। ਇਹਨੂੰ ਬਜਾਏ ਠੋਣ ਦੀ ਆਉਂਦੇ ਵੀ ਨੀਂਦ ਨਾ ਖਰਾਬ ਹੈ, ਚਲੋ 2 ਜਣੇ ਫੜ ਕੇ ਅਤੇ ਚੁੱਕ ਕੇ ਬੈੱਡ 'ਤੇ ਪਾ ਤਾ। ਮੁੜ ਕੇ ਆਉਂਦੇ ਚੱਲ ਆਪਾਂ ਵੀ ਸੌਂ ਜਾਈਏ, ਸਵੇਰੇ ਆਪਾਂ ਸੁੱਖ 'ਤੇ ਉੱਠ ਕੇ ਆਪਣੇ ਘਰ ਵੱਧ ਜਾਣਾ, ਅਤੇ ਉਹ ਵੀ ਸੌਂ ਗਿਆ। ਕੋਈ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ, ਅਤੇ ਉੱਠ ਕੇ ਉਹਨੇ ਵੇਖਿਆ ਵੀ ਅਜੇਪਾਲ ਸਿੰਘ ਦੀ ਬਾਂਹ ਜਿਹੜੀ ਹੈਗੀ ਨਾ ਥਾਂ ਲਮਕੀ ਹੈ ਬੈੱਡ ਤੋਂ। ਅਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਂਹ ਨੂੰ ਤਾਂ ਕਰਾਂ, ਅਤੇ ਉਹ ਜਦੋਂ ਤਾਂ ਕਰਦਾ ਹੇਠਾਂ ਜੇ 2 ਵਾਰਾਂ ਉਹਨੇ ਕੀਤਾ ਅਤੇ ਉਹਨੂੰ ਕੋਈ ਹਿਲਜੁਲ ਮਹਿਸੂਸ ਨਹੀਂ ਹੋਈ। ਉਹਨੇ ਫਿਰ ਉਹਨੂੰ ਹਿਲਾਇਆ ਹਲੋਇਆ ਵੀ ਅਜੇਪਾਲ ਉੱਠ, ਅਜੇਪਾਲ ਉੱਠ, ਪਰ ਅਜੇਪਾਲ ਨੇ ਆਵਾਜ਼ ਦਿੱਤੀ। ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ,